जो परिवार वधना जो मैं समझता से बड़ा जरूरी है। सो बड़ी मुबारकबाद है जो उन्होंने परमात्मा आने वाले जीवन च होर भी जड़िया खुशियां लेके आए। कहते बेबे गुरप्रीत बेबे हराने गुरप्रीत कौर नूं लभिया सीगा। देखो क्योंकि परिवार ही जिहड़े आम तौर पर अपने माता क्योंकि पिता तो उन्होंने है नहीं माता जी भैन जी आम तौर पर उही परिवार जिहड़े रिश्ते करदे ने। सो सीएम साहब का भी उन्होंने परिवार नहीं लभिया। ਹੁਣ ਵਾਰੀ ਤੁਹਾਡੀ ਵੀ ਹੈ ਛੋਟੇ ਭਰਾ ਦੇ ਨਾਤੇ ਤੁਸੀਂ। ਮੈਂ ਤਾਂ ਤਾਈਓ ਕਹਿਣਾ ਮੈਨੂੰ ਤਾਂ ਜ਼ਿਆਦਾ ਖੁਸ਼ੀ ਹੈ ਕਿਉਂਕਿ ਹੁਣ ਚਲੋ ਸਾਡੇ ਮਾਨਯੋਗ ਸੀਐਮ ਤਾਂ ਹੈਗੇ ਹੀ ਨੇ ਵੱਡੇ ਭਰਾ ਵੀ ਨੇ ਹੁਣ ਵੱਡੇ ਭਰਾ ਜੀ ਦਾ ਚਲੋ ਕੰਮ ਸਿਰੇ ਚੜਿਆ ਹੁਣ ਸਾਡੀ ਛੋਟਿਆਂ ਦੀ ਵੀ ਵਾਰੀ ਆਊਗੀ। ਸਰਵਾਲਾ ਕੱਲ ਤੁਸੀਂ ਬਣ ਰਹੇ ਹੋ? ਨਹੀਂ ਚਲੋ ਸਰਵਾਲਾ ਤਾਂ ਇੱਕ ਕਿਸੇ ਨੇ ਕੋਈ ਬਣ ਜੇ ਪਰ ਇਹ ਹੈ ਵੀ ਸਿਰ ਮੈਂ ਸੀਐਮ ਸਾਹਿਬ ਨੂੰ ਕਿਹਾ ਵੀ ਜ਼ਰੂਰ ਮੇਰਾ ਪਲੋਸਣਗੇ ਤਾਂ ਕਿ ਉਦੋਂ ਬਾਅਦ ਸਾਡੀ ਵਾਰੀ ਆ। ਕਹਿੰਦੇ 20-25 ਬੰਦਿਆਂ ਦਾ ਹੀ ਸਿਰਫ ਪ੍ਰੋਗਰਾਮ ਰੱਖਿਆ ਗਿਆ। ਹਾਂ ਕਿਉਂਕਿ ਬੜਾ ਉਹਨਾਂ ਨੇ ਸਿੰਪਲ ਜਿਹੜਾ ਵਿਆਹ ਕਰਨ ਜਾ ਰਿਹਾ ਸਿਰਫ ਜਿਹੜੇ ਪਰਿਵਾਰ ਦੇ ਮੈਂਬਰ ਆ ਦੋਨੋਂ ਪਰਿਵਾਰਾਂ ਦੇ ਉਹਨਾਂ ਨੂੰ ਇੱਕ ਵਾਰੀ ਇਨਵਾਈਟ ਕੀਤਾ। ਇਸ ਤੋਂ ਬਾਅਦ ਕੋਈ ਨਹੀਂ ਪਾਰਟੀ ਅਸੀਂ ਲੈਣਾ। ਠੀਕ ਹੈ। ਹਾਂਜੀ ਕੱਲ੍ਹ ਆ ਰਹੇ।